ਜੀ ਦੋਸਤੋ ਸਲਾਮ ਅਲੈਕੁਮ ਜੀ। ਉਮੀਦ ਕਰਦੇ ਹਾਂ ਕਿ ਸਭ ਦੋਸਤ ਖੈਰ ਖਰੀਦ ਨਾਲ ਹੋਣਗੇ। ਅਤੇ ਅੱਜ ਅਸੀਂ ਦੋਸਤਾਂ ਵਾਸਤੇ ਜਿਹੜੀ ਇਨਫੋਰਮੇਸ਼ਨ ਲੈ ਕੇ ਆਏ ਹਾਂ ਉਹਦੇ ਵਿੱਚ ਬਹੁਤ ਹੀ ਬਦ ਨਿਊਜ਼। ਕੱਲ੍ਹ 9 ਮਾਰਚ 2023 ਜਿਹੜੀ ਗਵਰਨਮੈਂਟ ਆਫ ਇਟਲੀ ਹੈ ਜੋਰਜੀਆ ਮਿਲਾਨੀ ਉਹਨੇ ਐਲਾਨ ਕੀਤਾ ਵੇ ਕਿ ਜਿਹੜੀ ਐਮੀਗ੍ਰੇਸ਼ਨ ਓਪਨ ਹੋਈ ਦੀ ਹੈ ਯਾਨੀ ਕਿ ਜਿਹੜੀ ਪ੍ਰੋਟੈਕਸ਼ਨ ਸਪੈਸ਼ਲ ਹੈ ਓਪਨ ਹੋਈ ਦੀ ਹੈ ਠੀਕ ਹੈ, ਇਸ ਨੂੰ ਕਲੋਜ਼ ਕਰਨ ਦੀ, ਇਸ ਨੂੰ ਬੰਦ ਕਰਨ ਦੀ ਉਹਨੇ ਐਲਾਨ ਕਰ ਦਿੱਤਾ ਵੇ 9 ਮਾਰਚ 2023 ਵਾਲੇ ਦਿਨ। ਠੀਕ ਹੈ, ਅਤੇ ਇਹਦੇ ਵਿੱਚ ਹਾਲੇ ਤੱਕ ਸਿਰਫ ਉਹਨੇ ਇਹ ਐਲਾਨ ਕੀਤਾ ਕਿ ਇਹਨੂੰ ਅਸੀਂ ਬੰਦ ਕਰਨਾ ਪ੍ਰੋਟੈਕਸ਼ਨ ਸਪੈਸ਼ਲ ਜਿਹੜੀ ਹੈ, ਲੇਕਿਨ ਇਹਦੇ ਵਿੱਚ ਇਹ ਕਨਫਰਮ ਨਹੀਂ ਹੈ ਕਿ ਜਿਹੜੇ ਦੋਸਤਾਂ ਨੂੰ ਆਲਰੇਡੀ ਸਜੋਰਾਂ ਮਿਲ ਗਈਆਂ ਨੇ ਉਹ ਵੀ ਕੈਂਸਲ ਹੋਣਗੀਆਂ ਜਾਂ ਨਹੀਂ ਜਾਂ ਕੀ ਕਸੂਰਤ ਹਾਲ ਹੈ। ਸਿਰਫ ਇਤਨਾ ਉਹਨੇ ਕਿਹਾ, ਇਤਨਾ ਉਹਦਾ ਬਿਆਨ ਆਇਆ ਵੇ ਕਿ ਪ੍ਰੋਟੈਕਸ਼ਨ ਸਪੈਸ਼ਲ ਜਿਹੜੀ ਹੈ ਉਹਨੂੰ ਕਲੋਜ਼ ਕਰਨਾ ਵੇ। ਅਤੇ ਆਓ ਮੇਰੇ ਨਾਲ ਤੁਹਾਨੂੰ ਉਹਦਾ ਬਿਆਨ ਸੁਣਾਉਂਦੇ ਹਾਂ। La protezione speciale, le cui maglie erano state, voi sapete che la protezione speciale è una protezione aggiuntiva rispetto alle norme internazionali già previste dalla Convenzione di Ginevra e dalla protezione sussidiaria dell'Unione Europea. L'Italia aggiunge la protezione speciale, serviva per casi specifici, la fattispecie si è allargata a dismisura. Noi torniamo a restringerla, ma vi annuncio che l'obiettivo. Dosto, tu si video non mulaza kita ve tu si video watch kiti e odevec. ਜੋਰਜੀਆ ਮਿਲਾਨੀ ਨੇ ਇਹੀ ਗੱਲ ਕੀਤੀ ਹੈ ਕਿ ਜਿਹੜੀ ਪ੍ਰੋਟੈਕਸ਼ਨ ਸਪੈਸ਼ਲ ਹੈ ਸੁਸੇਦਾਰੀ ਆ ਮਨਤਾਰੀ ਜਿਹੜੀ ਹੈ ਇਸ ਨੂੰ ਉਹ ਕਲੋਜ਼ ਕਰਨ ਦੇ ਚੱਕਰਾਂ ਵਿੱਚ ਸਪੈਸ਼ਲ ਜਿਹੜੀ ਹੈ ਪ੍ਰੋਟੈਕਸ਼ਨ ਸਪੈਸ਼ਲ ਜਿਹੜੀ ਹੈ ਉਹਨੂੰ ਉਹ ਬੰਦ ਕਰਨਾ ਉਹਨੇ, ਲੇਕਿਨ ਇਹ ਐਲਾਨ ਨਹੀਂ ਕੀਤਾ ਕਿ ਕਦੋਂ ਬੰਦ ਕਰਨਾ ਔਰ ਜਿਹੜੇ ਦੁਬੰਦੇ ਹੋਏ ਦੇ ਨੇ ਉਹ ਬੰਦ ਕਰਨੇ ਨੇ ਜਾਂ ਜਿਨ੍ਹਾਂ ਨੂੰ ਸਜੋਰਾਂ ਮਿਲ ਗਈਆਂ ਨੇ ਆਲਰੇਡੀ ਉਹ ਵੀ ਕੈਂਸਲ ਕਰਨੀਆਂ ਨੇ, ਇਸ ਦੇ ਬਾਰੇ ਦੇ ਵਿੱਚ ਉਹਨਾਂ ਕੁਝ ਨਹੀਂ ਦੱਸਿਆ। ਅਤੇ ਬਰਾਏ ਮਿਹਰਬਾਨੀ ਕਰਕੇ ਜਿਹੜੇ ਨਵੇਂ ਦੋਸਤ ਨੇ ਮੇਰੇ ਚੈਨਲ 'ਤੇ ਮੇਰੇ ਚੈਨਲ ਨੂੰ ਸਬਸਕ੍ਰਾਈਬ ਕਰੋ, ਲਾਈਕ ਕਰੋ, ਦੋਸਤਾਂ ਦੇ ਨਾਲ ਸ਼ੇਅਰ ਕਰੋ। ਇਹਦੇ ਨਾਲ ਹੀ ਮੈਨੂੰ ਦੇਵੋ ਇਜਾਜ਼ਤ, ਸੁਣੇ ਰੱਬ ਦੇ ਬਾਰੇ।